ਮੋਦੀ ਸਰਕਾਰ ਨੂੰ ਇੱਕ ਹੋਰ ਝਟਕਾ ਲੱਗਣ ਜਾ ਰਿਹਾ ਹੈ। ਕਿਸਾਨਾਂ ਤੋਂ ਬਾਅਦ ਪੰਜਾਬ ਦੇ ਕਾਰੋਬਾਰੀ ਆਉਣਗੇ ਸੜਕਾਂ ਦੇ ਉੱਤੇ। ਇਨਕਮ ਟੈਕਸ ਐਕਟ ਦੀ ਨਵੀਂ ਧਾਰਾ ਤੋਂ ਨਾਰਾਜ਼ ਚੱਲ ਰਹੇ ਨੇ ਅਤੇ ਜਾਣਦੇ ਹਾਂ ਕੀ ਹੋਇਆ। ਇਸ ਤੋਂ ਪਹਿਲਾਂ ਅੱਗੇ ਵਧੀਏ, ਜਿਹੜੇ ਦੋਸਤ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਜੁੜੇ ਨੇ, ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਅਤੇ ਬੈਲ ਆਈਕਨ ਆਲ 'ਤੇ ਜ਼ਰੂਰ ਸੈੱਟ ਕਰ ਲੈਣ, ਤੁਹਾਨੂੰ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਦਾ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਮੋਦੀ ਸਰਕਾਰ ਜਿਹੜੀ ਹੈ ਕਾਰੋਬਾਰੀਆਂ ਨੂੰ ਵੀ ਟਾਰਗੇਟ ਕਰਦੀ ਹੋਈ ਨਜ਼ਰ ਆ ਰਹੀ ਹੈ। ਮਾਰਚ ਦੀ ਸ਼ੁਰੂਆਤ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਪ੍ਰਦਰਸ਼ਨ ਨਾਲ ਹੋਣ ਜਾ ਰਹੀ ਹੈ। ਕਾਰੋਬਾਰੀ ਵੀ ਪੰਜਾਬ ਦੇ ਹਨ। ਕਾਰੋਬਾਰੀ 1 ਮਾਰਚ ਨੂੰ ਕੇਂਦਰ ਸਰਕਾਰ ਖਿਲਾਫ਼ ਵੱਡਾ ਧਰਨਾ ਦੇਣ ਜਾ ਰਹੇ ਨੇ। ਵਪਾਰੀਆਂ ਅਤੇ ਉਦਯੋਗਪਤੀਆਂ ਦਾ ਇਹ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਕਾਨੂੰਨ ਵਿਰੁੱਧ ਹੋਣ ਜਾ ਰਿਹਾ ਹੈ। ਦਰਅਸਲ ਕੇਂਦਰ ਸਰਕਾਰ ਨੇ ਪਿਛਲੇ ਸਾਲ ਇਨਕਮ ਟੈਕਸ ਐਕਟ ਦੀ ਧਾਰਾ 43B ਦੇ ਵਿੱਚ ਇੱਕ ਨਵੀਂ ਧਾਰਾ ਐਚ ਨਿਊ ਕੇਸ ਐਚ ਇਨ ਸੈਕਸ਼ਨ 438 ਆਫ ਦਾ ਇਨਕਮ ਟੈਕਸ ਐਕਟ ਜੋੜੀ ਸੀ ਅਤੇ ਵਪਾਰੀ ਅਤੇ ਉਦਯੋਗਪਤੀ ਇਸ ਤੋਂ ਨਾਰਾਜ਼ ਚੱਲ ਰਹੇ ਨੇ। ਕਾਰੋਬਾਰੀ ਉਦਯੋਗਪਤੀ ਸੋਧ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਅਤੇ ਇਸ ਲਈ ਉਹ 1 ਮਾਰਚ ਨੂੰ ਰੇਲ ਰੋਕੋ ਅੰਦੋਲਨ ਕਰਨ ਜਾ ਰਹੇ ਨੇ। ਦਾਅਵਾ ਕੀਤਾ ਜਾ ਰਿਹਾ ਕਿ ਇਹ ਧਾਰਾ 43B ਐਚ ਨਾ ਸਿਰਫ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਲਈ ਸਗੋਂ MSME ਕਾਰੋਬਾਰੀਆਂ ਲਈ ਵੀ ਗੱਲੇ ਦਾ ਫੰਦਾ ਬਣ ਸਕਦੀ ਹੈ ਅਤੇ ਇਸ ਨਾਲ ਬਾਜ਼ਾਰ ਦੇ ਵਿੱਚ ਗੜਬੜ ਹੋ ਸਕਦੀ ਹੈ। ਹੁਣ ਦੱਸਦੇ ਹਾਂ ਕੀ ਕਹਿੰਦੀ ਹੈ ਇਨਕਮ ਟੈਕਸ ਐਕਟ 1961 ਦੀ ਧਾਰਾ। ਇਨਕਮ ਟੈਕਸ ਐਕਟ 1961 ਦੀ ਧਾਰਾ 43B ਕਹਿੰਦੀ ਹੈ ਕਿ ਕੁਝ ਕਾਰੋਬਾਰੀ ਖਰਚਿਆਂ ਦੀ ਇਜਾਜ਼ਤ ਉਦੋਂ ਹੀ ਦਿੱਤੀ ਜਾਵੇਗੀ ਜਦੋਂ ਅਸਲ ਭੁਗਤਾਨ ਕੀਤਾ ਜਾਂਦਾ ਹੈ। ਇਸ ਵਿੱਚ ਟੈਕਸ ਡਿਊਟੀ, ਸੈਸ, ਫੀਸ, ਵਿਆਜ, ਬੋਨਸ, ਕਮਿਸ਼ਨ ਵਰਗੇ ਖਰਚੇ ਸ਼ਾਮਲ ਹੈ। ਮੰਨ ਲਓ ਜੇ ਤੁਸੀਂ 2023-24 ਦੇ ਵਿੱਚ ਇਹਨਾਂ ਖਰਚਿਆਂ ਦਾ ਭੁਗਤਾਨ ਕੀਤਾ ਤਾਂ ਤੁਸੀਂ ਮੁਲਾਂਕਣ ਸਾਲ 2024-25 ਦੇ ਵਿੱਚ ਦਾਅਵਾ ਕਰਕੇ ਟੈਕਸ ਬਚਾ ਸਕਦੇ ਹੋ। ਪਿਛਲੇ ਸਾਲ ਕੇਂਦਰ ਸਰਕਾਰ ਨੇ 43B ਐਚ ਇਹ 1 ਅਪ੍ਰੈਲ 2023 ਤੋਂ ਲਾਗੂ ਹੋ ਗਿਆ ਹੈ। ਇਹ ਸੈਕਸ਼ਨ ਮੱਧਮ, ਛੋਟੇ ਅਤੇ ਸੂਖਮ ਉਦਯੋਗਾਂ 'ਤੇ ਲਾਗੂ ਹੁੰਦਾ ਹੈ। ਇਸ ਧਾਰਾ ਵਿੱਚ ਕਿਹਾ ਗਿਆ ਕਿ ਜੇ ਅਜਿਹੇ ਸਪਲਾਇਰਾਂ ਨਾਲ ਕੋਈ ਸੌਦਾ ਕੀਤਾ ਜਾਂਦਾ ਹੈ ਜੋ MSME ਹਨ ਤਾਂ ਉਸ ਲਈ ਭੁਗਤਾਨ 45 ਦਿਨ ਦੇ ਅੰਦਰ ਕਰਨਾ ਹੋਵੇਗਾ। ਇਹ 45 ਦਿਨ ਉਸ ਦਿਨ ਤੋਂ ਗਿਣੇ ਜਾਣਗੇ ਜਿਸ ਦਿਨ ਤੋਂ ਤੁਹਾਨੂੰ ਮਾਲ ਡਿਲੀਵਰ ਕੀਤਾ ਜਾਵੇਗਾ। ਜੇ ਭੁਗਤਾਨ 45 ਦਿਨ ਬਾਅਦ ਕੀਤਾ ਜਾਂਦਾ ਤਾਂ ਇਸ ਨੂੰ ਅਗਲੇ ਮੁਲਾਂਕਣ ਸਾਲ ਦੇ ਵਿੱਚ ਵਿਚਾਰਿਆ ਜਾਵੇਗਾ। ਜੇ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਇਸ ਨੂੰ ਆਮਦਨ ਮੰਨਿਆ ਜਾਵੇਗਾ ਅਤੇ ਇਸ 'ਤੇ ਟੈਕਸ ਦੇਣਾ ਹੋਵੇਗਾ। MSME ਸਪਲਾਇਰ ਨੂੰ ਉਹ ਮੰਨਿਆ ਜਾਵੇਗਾ ਜੋ ਕੇਂਦਰ ਸਰਕਾਰ ਦੇ ਐਂਟਰਪ੍ਰਾਈਜ਼ ਪੋਰਟਲ ਦੇ ਵਿੱਚ ਰਜਿਸਟਰਡ ਹੈ ਅਤੇ ਇੱਕ ਨਿਰਮਾਤਾ ਜਾਂ ਸੇਵਾ ਪ੍ਰਦਾਤਾ ਹੈ। ਮੰਨ ਲਓ ਕਿ ਤੁਸੀਂ 1 ਮਈ 2023 ਨੂੰ ਇੱਕ MSME ਸਪਲਾਇਰ ਤੋਂ ਇੱਕ ਆਈਟਮ ਖਰੀਦਦੇ ਹੋ, ਪਰ ਜੇ ਇਸ ਦਾ ਭੁਗਤਾਨ 31 ਮਾਰਚ 2024 ਤੱਕ ਨਹੀਂ ਕੀਤਾ ਜਾਂਦਾ ਤਾਂ ਜਿਸ ਸਥਿਤੀ ਦੇ ਵਿੱਚ ਇਸ ਭੁਗਤਾਨ 'ਤੇ ਵੀ ਟੈਕਸ ਲੱਗੇਗਾ। ਉਦਾਹਰਣ ਲਈ 1 ਮਈ 2023 ਨੂੰ ਤੁਸੀਂ ਸਪਲਾਇਰ ਤੋਂ 2 ਲੱਖ ਰੁਪਏ ਦਾ ਸਮਾਨ ਖਰੀਦਿਆ ਸੀ। ਸੈਕਸ਼ਨ 43B ਐਚ ਦੇ ਤਹਿਤ 45 ਦਿਨ ਦੇ ਅੰਦਰ ਭੁਗਤਾਨ ਕੀਤਾ ਜਾਣਾ ਚਾਹੀਦਾ ਸੀ, ਪਰ ਕਿਉਂਕਿ 31 ਮਾਰਚ 2024 ਤੱਕ ਭੁਗਤਾਨ ਨਹੀਂ ਕੀਤਾ ਗਿਆ ਸੀ, ਇਸ ਲਈ ਦਾਅਵਾ ਨਹੀਂ ਕੀਤਾ ਜਾ ਸਕਦਾ। ਤੁਸੀਂ 2023-24 ਦੇ ਵਿੱਚ ਟੈਕਸ ਰਿਟਰਨ ਦੇ ਵਿੱਚ 10 ਲੱਖ ਰੁਪਏ ਦਾ ਮੁਨਾਫਾ ਦਿਖਾਇਆ, ਪਰ ਇਸ ਵਿੱਚ 2 ਲੱਖ ਰੁਪਏ ਦੀ ਅਦਾਇਗੀ ਵੀ ਬਾਕੀ ਹੈ, ਇਸ ਲਈ ਤੁਹਾਨੂੰ 12 ਲੱਖ ਰੁਪਏ ਦੇ ਟੈਕਸ ਦੇਣਾ ਹੋਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ 1 ਮਈ 2023 ਨੂੰ ਸਮਾਨ ਖਰੀਦਦੇ ਹੋ ਅਤੇ 14 ਜੂਨ 2023 ਦੇ ਅੰਦਰ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਸੋ ਇਹ ਵੱਡੀ ਖਬਰ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਦੀ ਨਿੱਤ ਨਵੀਆਂ ਖਬਰਾਂ, ਨਿੱਤ ਨਵੀਆਂ ਜਾਣਕਾਰੀਆਂ ਦੇ ਲਈ ਸਟਾਰ ਡਿਜੀਟਲ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਜਾਣਕਾਰੀ ਪਹੁੰਚ ਸਕੇ ਅਤੇ ਹਰ ਇੱਕ ਸਮੇਂ ਸਿਰ ਇਸ ਦੇ ਬਾਰੇ ਜਾਣ ਸਕੇ। ਮਿਲਦੇ ਹਾਂ ਕੱਲ੍ਹ ਫਿਰ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਦੇ ਨਾਲ। ਦਿਓ ਇਜਾਜ਼ਤ, ਧੰਨਵਾਦ।